ਹਾਂਜੀ, ਅੱਜ ਨਵੀਂ ਭਰਤੀ ਬਾਰੇ ਗੱਲ ਕਰਦੇ ਹਾਂ ਜੋ ਕਿ ਬੈਂਕ ਵਿੱਚ ਆਈ ਹੈ ਜੀ। ਨੈਸ਼ਨਲ ਬੈਂਕ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਆਫਿਸ ਅਟੈਂਡੈਂਟ ਦੀ ਪੋਸਟ ਹੈ ਜੀ। ਪੂਰੀ ਡਿਟੇਲ ਵਿੱਚ ਗੱਲ ਕਰੀਏ ਤਾਂ ਐਪਲੀਕੇਸ਼ਨ ਸਟਾਰਟ ਹੋਏਗੀ ਜੀ 25/12/2019 ਨੂੰ। ਇਸ ਦੀ ਭਰਨ ਦੀ ਲਾਸਟ ਤਰੀਕ ਹੋਏਗੀ ਜੋ ਉਹ ਹੋਏਗੀ 12/1/2020। ਫੀਸ ਦੀ ਲਾਸਟ ਡੇਟ ਹੋਏਗੀ ਜੀ 12/1/2020। ਐਡਮਿਟ ਕਾਰਡ ਅਤੇ ਐਗਜ਼ਾਮ ਡੇਟ ਨੋਟੀਫਾਈਡ ਸੂਨ ਹੈ ਜੀ, ਜਲਦ ਪਤਾ ਲੱਗ ਜਾਏਗਾ ਆਪਾਂ ਨੂੰ। ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਰਨਲ ਓ ਬੀ ਸੀ 400 ਰੁਪਈਆ ਜੀ, ਐੱਸ ਸੀ ਐੱਸ ਟੀ 50 ਰੁਪਈਏ ਆ। ਇਹ ਫੀਸ ਤੁਸੀਂ ਔਨਲਾਈਨ ਡੈਬਿਟ ਕਾਰਡ ਕ੍ਰੈਡਿਟ ਕਾਰਡ ਦੇ ਕਰ ਸਕਦੇ ਹੋ। ਜੋਬ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਲ ਓਵਰ ਇੰਡੀਆ ਦੀ ਪੋਸਟ ਹੈ ਜੀ। ਏਜ ਲਿਮਿਟ ਦੀ ਗੱਲ ਕਰੀਏ ਤਾਂ 18-30 ਸਾਲ ਹੈ ਜੀ। ਟੋਟਲ ਪੋਸਟਾਂ ਨੇ ਜੋ ਇਸ ਵਿੱਚ 73 ਪੋਸਟਾਂ ਨੇ, ਜਿਸ ਦੀ ਫੁੱਲ ਜਾਣਕਾਰੀ ਜਰਨਲ ਦੀਆਂ ਪੋਸਟਾਂ 48 ਨੇ, ਈ ਡਬਲਯੂ ਐੱਸ ਦੀਆਂ 2 ਪੋਸਟਾਂ ਨੇ, ਓ ਬੀ ਸੀ ਦੀਆਂ 13 ਪੋਸਟਾਂ ਨੇ, ਐੱਸ ਸੀ ਦੀ 1 ਪੋਸਟ ਹੈ ਜੀ, ਐੱਸ ਟੀ ਦੀਆਂ 9 ਪੋਸਟਾਂ ਨੇ। ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ, ਐਜੂਕੇਸ਼ਨ ਇਸ ਦੇ ਲਈ ਸਿਰਫ 10th ਕਲਾਸ ਹੀ ਚਾਹੀਦੀ ਹੈ ਜੀ। ਇਸ ਤੋਂ ਇਲਾਵਾ ਕੋਈ ਇਹਨਾਂ ਨੇ ਡਿਗਰੀ ਕੋਈ ਕੁਛ ਨਹੀਂ ਮੰਗਿਆ। ਉਸ ਤੋਂ ਇਲਾਵਾ ਐਪਲੀਕੇਸ਼ਨ ਫੋਰਮ ਭਰਨ ਦੇ ਲਈ ਜੋ ਆਪਾਂ ਨੂੰ ਡਾਕੂਮੈਂਟ ਦੀ ਲੋੜ ਹੋਵੇਗੀ ਉਹ ਹੈ ਜੀ ਫੋਟੋਗ੍ਰਾਫ, ਸਿਗਨੇਚਰ, ਲੈਫਟ ਥੰਬ ਇੰਪ੍ਰੈਸ਼ਨ ਐਂਡ ਹੈਡ ਰਾਈਟਿੰਗ ਡੈਕਲਰੇਸ਼ਨ ਦੀ ਲੋੜ ਹੋਵੇਗੀ ਜੀ। ਮੋਡ ਆਫ ਸਿਲੈਕਸ਼ਨ, ਇਸ ਦੀ ਸਿਲੈਕਸ਼ਨ ਦੇ ਲਈ ਆਪਾਂ ਨੂੰ 2 ਪੇਪਰ ਦੇਣੇ ਪੈਣਗੇ, 2 ਪੇਪਰ ਹੋਣਗੇ। ਉਸ ਤੋਂ ਇਲਾਵਾ ਇੰਟਰਵਿਊ ਹੋਏਗੀ, ਉਸ ਤੋਂ ਬਾਅਦ ਆਪਣੀ ਸਿਲੈਕਸ਼ਨ ਹੋਵੇਗੀ ਜੀ। ਇਸ ਤੋਂ ਇਲਾਵਾ ਹੋਰ ਜਾਣਕਾਰੀ ਦੇ ਲਈ ਆਪਾਂ ਇੰਪੋਰਟੈਂਟ ਲਿੰਕ ਦੇ ਵਿੱਚ ਜਾ ਕੇ ਲੈ ਸਕਦੇ ਹਾਂ, ਔਫੀਸ਼ੀਅਲ ਵੈਬਸਾਈਟ ਵਿੱਚ ਵੀ ਲੈ ਸਕਦੇ ਹਾਂ। ਇਸ ਤੋਂ ਇਲਾਵਾ www.punjabjobfind.com ਸਾਡੀ ਵੈਬਸਾਈਟ ਹੈ, ਜਿਸ ਵਿੱਚ ਹੋਰ ਬਹੁਤ ਸਾਰੀਆਂ ਪੋਸਟਾਂ ਦੀ ਜਾਣਕਾਰੀ ਹੈ ਜੀ, ਜਿੱਥੇ ਤੁਸੀਂ ਵਿਜ਼ਿਟ ਕਰਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।